ਅਸਲਾਮ ਅਲੈਕੁਮ ਦੋਸਤੋ, ਉਸਮਾਨ ਐਗਰੀਕਲਚਰ 'ਚ ਵੈਲਕਮ ਕਰਦੇ ਹਾਂ। ਮਾਸ਼ਾਅੱਲਾ, ਮੰਡੀ ਦੇ ਅੰਦਰ ਬੜੀ ਰੌਣਕ ਲੱਗੀ ਹੋਈ ਹੈ। ਮਕਈ ਬੜੀ ਮਕਦਾਰ ਦੇ ਅੰਦਰ ਆ ਰਹੀ ਆ, ਗੰਦਮ ਵੀ ਆ ਰਹੀ ਆ, ਬਾਕੀ ਸਰਸੋਂ ਵਗੈਰਾ ਵੀ ਆ ਰਹੀ ਆ। ਬੜੀ ਅੱਜ ਬਿਹਤਰੀ ਨਜ਼ਰ ਆ ਰਹੀ ਆ। ਗੰਦਮ ਮਕਈ ਦਾ ਕੀ ਸੂਰਤ ਹਾਲ ਆ, ਕਪਾਹ ਦਾ ਕੀ ਰੇਟ ਨਿਕਲਿਆ ਵਾ, ਤੁਹਾਡੇ ਦੋਸਤਾਂ ਦੇ ਨਾਲ ਮੈਂ ਰੇਟ ਸ਼ੇਅਰ ਕਰਦਾ ਵਾਂ। ਇਸ ਤੋਂ ਪਹਿਲੀ ਮੇਰੇ ਨਵੇਂ ਦੋਸਤਾਂ ਨੂੰ ਗੁਜ਼ਾਰਿਸ਼ ਆ, ਜਿਹਦੇ ਚੈਨਲ 'ਤੇ ਮੈਨੂੰ ਅਜੇ ਤੱਕ ਨਹੀਂ ਜੁੜੇ, ਉਹ ਮੇਰੇ ਚੈਨਲ ਸਬਸਕ੍ਰਾਈਬ ਕਰ ਲਓ, ਤਾਂ ਕਿ ਤੁਹਾਨੂੰ ਡੇਲੀ ਦੀ ਵੀਡੀਓ ਤੁਹਾਡੇ ਦੋਸਤਾਂ ਤੱਕ ਪਹੁੰਚਦੀ ਰਹੇ। ਦੋਸਤੋ, ਅੱਜ ਆਪਾਂ ਗੱਲ ਕਰਾਂਗੇ ਸਭ ਤੋਂ ਪਹਿਲਾਂ ਮਕਈ ਦੀ। ਮਾਸ਼ਾਅੱਲਾ, ਮਕਈ ਬਹੁਤ ਹੀ ਮਕਦਾਰ ਦੇ ਅੰਦਰ ਮੰਡੀ ਦੇ ਅੰਦਰ ਆ ਰਹੀ ਆ। ਜਿਸ ਤਰ੍ਹਾਂ ਮਕਈ ਦੀ ਮਕਦਾਰ ਵੱਧਦੀ ਪਈ ਆ, ਉਸੇ ਤਰ੍ਹਾਂ ਮਾਸ਼ਾਅੱਲਾ ਰੇਟ ਵੀ ਵੱਧਦਾ ਪਿਆ ਵਾ। ਅੱਜ ਗੱਲਾ ਮੰਡੀ ਦੇ ਅੰਦਰ ਜਿਹੜੀ ਮਕਈ ਆ, ਗੱਲਾ ਮੰਡੀ ਮੀਆਂ ਚਨੂ ਦੇ ਅੰਦਰ ਜਿਹੜੀ ਮਕਈ ਆ, ਅੱਜ ਦੋਸਤੋ 2000 ਰੁਪਏ ਤੋਂ ਲੈ ਕੇ 2190 ਰੁਪਏ ਤੱਕ ਮਕਈ ਜਿਹੜੀ ਫਰੋਖਤ ਹੋਈ ਆ। ਇਨਸ਼ਾਅੱਲਾ ਆਉਣ ਵਾਲੇ ਦਿਨਾਂ ਦੇ ਅੰਦਰ ਜਿਹੜੀ ਮਕਈ ਆ, ਉਹ 3000 ਤੱਕ ਇਨਸ਼ਾਅੱਲਾ ਜਾਊਗੀ। ਅਤੇ ਅਗਰ ਆਪਾਂ ਦੋਸਤੋ ਗੱਲ ਕਰਦੇ ਹਾਂ ਗੰਦਮ ਦੀ, ਗੰਦਮ ਦੀ ਜਿਹੜੀ ਮਕਦਾਰ ਆ, ਉਹ ਤਾਂ ਕੰਮ ਹੋ ਗਈ ਆ, ਲੇਕਿਨ ਰੇਟ ਦੇ ਅੰਦਰ ਕੁਛ ਨਾ ਕੁਛ ਬਿਹਤਰੀ ਨਜ਼ਰ ਆ ਰਹੀ ਆ। ਅੱਜ ਜਿਹੜਾ ਗੰਦਮ ਦਾ ਰੇਟ ਆ, ਤਕਰੀਬਨ 2700 ਪਲੱਸ ਫਰੋਖਤ ਹੋਈ ਆ ਗੰਦਮ। ਹੁਣ ਆਪਾਂ ਗੱਲ ਕਰਦੇ ਹਾਂ ਦੋਸਤੋ ਸਰਸੋਂ ਦੀ। ਸਰਸੋਂ ਦਾ ਜਿਹੜਾ ਰੇਟ ਆ, ਉਹ ਸਾਫ਼ ਸੁਥਰੀ ਸਰਸੋਂ ਤਕਰੀਬਨ 6000 ਰੁਪਏ ਤੱਕ ਅੱਜ ਫਰੋਖਤ ਹੋਈ ਆ। ਅਗਰ ਗੱਲ ਕੀਤੀ ਜਾਵੇ ਮੁੰਜੀ ਦਾਨ ਜਿਹਦੇ ਅੰਦਰ 1509-1692 ਕਾਇਨਾ ਸਾਰਾ ਆਉਂਦਾ ਵਾ, ਉਹ ਤਕਰੀਬਨ 4200 ਤੋਂ ਸਟਾਰਟ ਹੁੰਦਾ ਵਾ। 4400-4500 ਰੁਪਏ ਤੱਕ ਜਿਹੜਾ ਜਾਨ ਮੁੰਜੀ ਆ, ਉਹ ਫਰੋਖਤ ਹੋ ਰਹੀ ਆ। ਅਗਰ ਆਪਾਂ ਦੋਸਤੋ ਗੱਲ ਕਰਦੇ ਹਾਂ ਤਿਲ ਤਿਲੀ ਦੀ, ਜਿਹੜਾ ਤਿਲ ਤਿਲੀ ਦਾ ਅੱਜ ਦਾ ਰੇਟ ਆ, ਉਹ ਤਕਰੀਬਨ 13000 ਰੁਪਏ ਤੱਕ ਤਿਲ ਤਿਲੀ ਫਰੋਖਤ ਹੋ ਰਹੀ ਆ। ਆਉਣ ਵਾਲੇ ਦਿਨਾਂ ਦੇ ਅੰਦਰ ਤਿਲ ਤਿਲੀ ਦਾ ਕੀ ਰੇਟ ਬਣਦਾ ਵਾ, ਇਹਦੇ ਬਾਰੇ ਕੁਛ ਨਹੀਂ ਕਹਿ ਸਕਦੇ। ਜੈਸੇ ਹੀ ਇਨਸ਼ਾਅੱਲਾ ਤਿਲ ਦਾ ਸੀਜ਼ਨ ਸ਼ੁਰੂ ਹੋਊਗਾ, ਤੁਹਾਡੇ ਦੋਸਤਾਂ ਨਾਲ ਡੇਲੀ ਦੀ ਵੀਡੀਓ ਅਪਲੋਡ ਕਰਾਂਗੇ। ਜਿਹੜੀ ਰੋਈ ਫੁੱਟੀ ਆ ਕਪਾਹ, ਉਹ ਤਕਰੀਬਨ ਦੋਸਤੋ 10,500-11,000 ਰੁਪਏ ਤੱਕ ਫਰੋਖਤ ਹੋ ਰਹੀ ਆ। ਮਕਈ ਮੰਡੀ ਦਾ ਬਹੁਤ ਕਮ ਮਕਦਾਰ ਦੇ ਅੰਦਰ ਆ ਰਹੀ ਆ। ਬਾਕੀ ਦੋਸਤੋ ਤੁਹਾਡੇ ਇਲਾਕੇ ਦੇ ਅੰਦਰ ਸਾਰੇ ਜਨਾਤ ਦੀ ਕੀ ਸੂਰਤ ਹਾਲ ਆ, ਤੁਹਾਡੀ ਮੰਡੀ ਤੁਹਾਨੂੰ ਕਿਹੜੀ ਮੰਡੀ ਲੱਗਦੀ, ਕੀ ਸੂਰਤ ਹਾਲ ਆ, ਸਾਨੂੰ ਕਮੈਂਟ ਬੋਕਸ ਵਿੱਚ ਲਾਜ਼ਮੀ ਦੱਸੋ। ਹੁਣ ਆਪਾਂ ਇਨਸ਼ਾਅੱਲਾ ਇੱਕ ਵੀਡੀਓ ਦੇ ਨਾਲ ਦੁਬਾਰਾ ਮਿਲਾਂਗੇ। ਦੋਸਤ ਆਪਦਾ ਬਹੁਤ ਸਾਰਾ ਖਿਆਲ ਰੱਖਿਓ। ਅੱਲਾ ਹਾਫਿਜ਼।